ਤੁਹਾਨੂੰ ਅਕਾਲੀ ਦਲ ਸੰਯੁਕਤ ਕਿਉਂ ਚੰਗਾ ਲੱਗਾ ਪਾਵਰ ਹਾਊਸ ਨੂੰ ਹੱਥ ਕਿਉਂ ਨਹੀਂ ਪਾਇਆ ਗਿਆ ਜਦਕਿ ਅਸਿੱਧੇ ਰੂਪ ਦੇ ਵਿੱਚ ਤਾਰਾ ਫਿਰ ਬੀਜਪੀ ਨਾਲ ਜਾ ਕੇ ਜੁੜ ਜਾਂਦਾ ਸਾਡੇ ਕੋਲੇ ਕੋਈ ਬਚਨ ਦਾ ਰਾਹ ਨਹੀਂ ਸੀ ਸਾਡੇ ਆਪਣੇ ਹੀ ਲੋਕ ਜਿਹੜਾ ਉਹ ਅਕਾਲੀ ਦਲ ਨੂੰ ਹਾਈਜੈਕ ਕਰਕੇ ਆਪਣੀ ਕਾਰਪੋਰੇਟ ਏਜੰਸੀ ਚਲਾ ਰਹੇ ਆ ਸੁਖਬੀਰ ਜੀ ਹੋਰੀ ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਯਾ ਪੈਕੇਜ ਤਾਂ ਜਦੋਂ ਅਕਾਲੀ ਭਾਜਪਾ ਗੱਠ ਜੋੜ ਸੀ ਸਰਕਾਰ ਬਣੀ ਸੀ ਉਦੋਂ ਵੀ ਬੜੇ ਚਰਚੇ ਚੱਲੇ ਸੀ ਕਿ ਸੁਖਬੀਰ ਹੋਰਾਂ ਨੇ ਕਿਹਾ ਸੀ ਟਰੱਕ ਭਰ ਕੇ ਆਉਣਗੇ ਕੇਂਦਰ ਦੇ ਵੱਲੋਂ ਉਹ ਗੱਲਾਂ ਕਰਦੇ ਸੀ ਵੀ ਟਰੱਕ ਆਇਆ ਕਰਨਗੇ ਜੀ ਬੱਸਾਂ ਐਸੀਆਂ ਬਣ ਜਾਣਗੀਆਂ ਜੀ ਜਾਂ ਐਸੀਆਂ ਸੜਕਾਂ ਬਣਾ ਦੇਣਗੇ ਵੀ ਬੰਬ ਵੀ ਵਿਪੇਜੂਗਾ ਟੁੱਟਣਗੀਆਂ ਨਹੀਂ ਜੀ ਪਰ ਜਦੋਂ ਉੱਥੇ ਦਰਬਾਰ ਦੇ ਵਿੱਚ ਜਾਂਦੇ ਸੀ ਤਾਂ ਇੱਕੋ ਹੀ ਗੱਲ ਕਹਿੰਦੇ ਸੀ ਸਾਡੀ ਵਜੀਰੀ ਸਾਨੂੰ ਦੇ ਦੇ ਨਵਜੋਤ ਸਿੰਘ ਸਿੱਧੂ ਬੜਾ ਕਹਿੰਦੇ ਸੀ ਅਸੀਂ ਵੀ ਸੋਚਦੇ ਸੀ ਵੀ ਸ਼ਾਇਦ ਕੋਈ ਪੰਜਾਬ ਮਾਡਲ ਜਿਹੜਾ ਨਵਾਂ ਆਵੇ ਉਹਦੇ ਨਾਲ ਪੰਜਾਬ ਦਾ ਬਹੁਤ ਭਲਾ ਹੋ ਜਾਏ ਜਿਨ੍ਹਾਂ ਦੇ ਮੱਥੇ ਤੇ ਹਮੇਸ਼ਾ ਹੀ ਜਿਨ੍ਹਾਂ ਨੇ ਸੌਖ ਖਾਧੀ ਹੋਈ ਹੈ ਵੀ ਅਸੀਂ ਕਦੇ ਜਿੱਤਣਾ ਹੀ ਨਹੀਂ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸੋ ਪੰਜਾਬ ਮਾਡਲ ਵਾਲਾ ਦੀਵਾ ਜਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਇਹਨਾਂ ਕੈਂਡੀਡੇਟਾਂ ਦੀ ਲਿਸਟ ਆਈ ਉਹ ਜਗਣ ਤੋਂ ਪਹਿਲਾਂ ਹੀ ਸਦਾ ਵਾਸਤੇ ਬੁੱਝ ਗਿਆ ਪਰ ਪੰਜਾਬ ਮਾਡਲ ਜਿਹੜਾ ਹੁਣਾ ਫਲੋਰ ਤੋਂ ਸਾਡੇ ਐਮਪੀ ਸਾਹਿਬ ਹੈ ਉਹਨਾਂ ਦਾ ਬੇਟਾ ਹੈ ਇਹਨਾਂ ਦੇ ਸਿਰ ਤੇ ਬੰਨਣਾ ਇਹ ਤਾਂ ਖੁਦ ਚੋਰ ਨੇ ਪਰ ਕੋਈ ਅਫਸਰ ਐਸਾ ਨਹੀਂ ਜਿਹਨੇ 5 ਤੋਂ 7 ਕਰੋੜ ਰੁਪਏ ਆਪਣੀ ਬੇਟੀ ਦੇ ਵਿਆਹ ਤੇ ਲਾਤਾ ਹੋਵੇ ਜਿੱਦੇ ਚ ਦਿਲਜੀਤ ਦਸਾਂਜ ਵਰਗੇ ਕਲਾਕਾਰ ਪਰਫਾਰਮ ਕਰਨ ਆਏ ਹੋਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸ ਵਾਰ ਕੁਝ हटਕੇ ਨੇ ਕੱਲਾ ਇਸ ਕਰਕੇ ਨਹੀਂ ਕਿ ਮੁਕਾਬਲੇ ਦੇ ਵਿੱਚ ਦੋ ਜਾਂ ਤਿੰਨ ਧਿਰਾਂ ਨਹੀਂ ਧਿਰਾਂ ਬਹੁਤੀਆਂ ਬਣ ਗਈਆਂ ਨੇ ਬਲਕਿ ਇਸ ਕਰਕੇ ਵੀ ਹਰ ਹਲਕੇ ਦੇ ਵਿੱਚ ਕੁਝ ਨਵੇਂ ਸਮੀਕਰਨ ਬਣ ਕੇ ਸਾਹਮਣੇ ਆ ਰਹੇ ਨੇ ਜੇ ਗੱਲ ਕਰੀਏ ਫਲੋਰ ਹਲਕੇ ਦੀ ਤਾਂ ਫਲੋਰ ਦੇ ਵਿੱਚ ਜਿਵੇਂ ਕਾਂਗਰਸ ਨੇ ਆਪਣੀ ਟਿਕਟ ਦੀ ਘੋਸ਼ਣਾ ਕੀਤੀ ਤਿਵੇਂ ਹੀ ਕਾਂਗਰਸ ਦੇ ਵਿੱਚ ਟੁੱਟਭੱਜ ਸ਼ੁਰੂ ਹੁੰਦੀ ਹੈ ਸਰਵਣ ਸਿੰਘ ਫਲੋਰ ਜਿਹੜੇ ਦਾਵੇਦਾਰ ਸੀ ਇੱਥੇ ਟਿਕਟ ਦੇ ਉਹ ਟੁੱਟ ਕੇ ਅਕਾਲੀ ਦਲ ਸੰਯੁਕਤ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਇੱਥੇ ਮੁਕਾਬਲਾ ਤਿੰਨ ਕੋਣੀ ਨਾ ਹੋ ਕੇ ਚਾਰ ਕੋਣੀ ਤੇ ਹੋ ਸਕਦਾ ਪੰਜ ਕੋਣੀ ਵੀ ਬਣ ਸਕਦਾ ਕਿਉਂਕਿ ਕਿਸਾਨ ਜਥੇਬੰਦੀਆਂ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਨੇ ਦਮਨਵੀਰ ਫਲੋਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕਿਉਂ ਕਾਂਗਰਸ ਛੱਡੀ ਵੈਸੇ ਤਾਂ ਲਗਭਗ ਦਮਨ ਜੀ ਤੈ ਹੀ ਹੈ ਕਿ ਟਿਕਟ ਨਾ ਮਿਲਣਾ ਹੀ ਇੱਕ ਇਕਲੌਤਾ ਕਾਰਨ ਮੰਨਿਆ ਜਾ ਸਕਦਾ ਪਰ ਬਾਵਜੂਦ ਇਹਦੇ ਕੀ ਤੁਹਾਡੀ ਤਿਆਰੀ ਦੇ ਵਿੱਚ ਕੋਈ ਕਮੀ ਸੀ ਜਾਂ ਕੀ ਖਾਸੀਅਤ ਤੁਹਾਨੂੰ ਨਜ਼ਰ ਆਈ ਕਿ ਤੁਹਾਡੇ ਮੁਕਾਬਲੇ ਦੇ ਵਿੱਚ ਤੁਹਾਡੇ ਪਿਤਾ ਸ਼੍ਰੀ 6 ਵਾਰ ਜਿਹੜੇ ਆ ਉਹ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਚੁੱਕੇ ਆ ਮੰਤਰੀ ਰਹਿ ਚੁੱਕੇ ਆ باوجود ਇਹਦੇ ਤੁਹਾਨੂੰ ਟਿਕਟ ਦੇਣ ਦੀ ਬਜਾਏ ਜਿਹੜਾ 3 ਵਾਰ ਹਾਰਿਆ ਹੋਇਆ ਵਿਅਕਤੀ ਹੈ ਇਸੇ ਹਲਕੇ ਦੇ ਵਿੱਚੋਂ ਉਹਨੂੰ ਟਿਕਟ ਦੇ ਦਿੱਤੀ ਕਾਰਨ ਕੀ ਮੰਨਦੇ ਪਹਿਲਾਂ ਤੇ ਇਹ ਦੱਸ ਦਿਓ ਨਹੀਂ ਬਿਲਕੁਲ ਜਿਵੇਂ ਤੁਸੀਂ ਆਖਿਆ ਵੀ ਗੱਲ ਜਿਹੜੀ ਟਿਕਟ ਦੀ ਹੈ ਟਿਕਟ ਦੇ ਵਿੱਚ ਕ੍ਰਾਈਟੇਰੀਆ ਹੁੰਦਾ ਹਰ ਇੱਕ ਪਾਰਟੀ ਦਾ ਵੀ ਟਿਕਟ ਕਿਸ ਉਮੀਦਵਾਰ ਨੂੰ ਦੇਣੀ ਹੈ ਤੇ ਕਿਵੇਂ ਦੇਣੀ ਹੈ ਜੋ ਕਾਂਗਰਸ ਪਾਰਟੀ ਦਾ ਨਵਜੋਤ ਸਿੰਘ ਸਿੱਧੂ ਕਹਿ ਰਹੇ ਸੀਗੇ ਚੰਨੀ ਸਾਹਬ ਕਹਿ ਰਹੇ ਸੀ ਜਾਂ ਕਾਂਗਰਸ ਦੇ ਵੱਡੇ ਲੀਡਰ ਕਹਿ ਰਹੇ ਸੀ ਕਿ ਇਸ ਵਾਰੀ ਕ੍ਰਾਈਟੇਰੀਆ ਬਹੁਤ ਸਖਤ ਹੈ ਵਿਨੈਬਿਲਟੀ ਦੇਖੀ ਜਾਏਗੀ ਇਹ ਦੇਖਿਆ ਜਾਏਗਾ ਕਿਹੜੇ ਸਾਫ਼ ਅਕਸ ਵਾਲੇ ਬੰਦੇ ਆ ਜਾਂ ਕਿਹੜੇ ਜਿੱਤਣ ਵਾਲੇ ਬੰਦੇ ਆ ਪਰ ਜਦੋਂ ਰਿਜ਼ਲਟ ਆਇਆ ਤਾਂ ਬਿਲਕੁਲ ਉਹਦੇ ਵਿਪਰੀਤ ਗੱਲ ਆਈ ਜਿਨ੍ਹਾਂ ਦੇ ਮੱਥੇ ਤੇ ਹਮੇਸ਼ਾ ਹੀ ਜਿਨ੍ਹਾਂ ਨੇ ਸੌਂ ਖਾਧੀ ਹੋਈ ਹੈ ਵੀ ਅਸੀਂ ਕਦੇ ਜਿੱਤਣਾ ਹੀ ਨਹੀਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਤੇ 5 ਸਾਲ ਜੋ ਕਾਰਗੁਜ਼ਾਰੀ ਰਹੀ ਹੈ ਉਹਨਾਂ ਦੀ ਜੋ ਉਹਨਾਂ ਨੇ ਫਲੋਰ ਹਲਕੇ ਦੇ ਵਿੱਚ ਕੰਮ ਕੀਤੇ ਹੈ ਜਿਹਦੇ ਵਿੱਚ ਜਿੱਦਾਂ ਅੱਜ ਸੀਐਮ ਸਾਹਿਬ ਦੇ ਕੁਝ ਰਿਸ਼ਤੇਦਾਰਾਂ ਤੇ ਹੁਣ ਰੇਡਾਂ ਵੀ ਚੱਲ ਰਹੀਆਂ ਸੈਂਡ ਮਾਈਨਿੰਗ ਨੂੰ ਲੈ ਕੇ ਈਡੀ ਦੀ ਅੱਜ ਰੇਡਾਂ ਚੱਲ ਰਹੀਆਂ ਸਭ ਤੋਂ ਵੱਧ ਤਾਂ ਈਡੀ ਜੇ ਦੇਖਿਆ ਜਾਵੇ ਮੈਂ ਉਸ ਵੇਲੇ ਵੀ ਲੈਟਰਸ ਲਿਖੇ ਸੀ ਮਾਈਨਿੰਗ ਜਿਹੜੀ ਹੋਈ ਹੈ ਜਿਹਦੇ ਵਿੱਚੋਂ ਬਹੁਤ ਸਾਰਾ ਰੈਵਨਿਊ ਖਾਦਾ ਗਿਆ ਗਵਰਨਮੈਂਟ ਦਾ ਉਹ ਫਲੋਰ ਹੁੰਦੀ ਰਹੀ ਹੈ 2-2 ਲੱਖ ਰੁਪਇਆ ਦਿੱਲੀ ਜਿਹੜਾ ਨਿੱਜੀ ਜਿਹੜੇ ਇੱਥੇ ਸਰਪ੍ਰਸਤੀ ਕਰਨ ਵਾਲੇ ਸੀਗੇ ਜਿਹੜੇ ਅੱਜ ਕੈਂਡੀਡੇਟ ਬਣ ਗਏ ਆ ਉਹਨਾਂ ਦੀਆਂ ਜੇਬਾਂ ਦੇ ਵਿੱਚ ਪੈਂਦਾ ਰਿਹਾ ਜੇ ਡਰੱਗਸ ਦੀ ਗੱਲ ਕਰ ਲਈਏ ਤਾਂ ਸਕੂਲਾਂ ਦੇ ਗੇਟਾਂ ਤੱਕ ਡਰੱਗ ਵੇਚਣ ਵਾਲੇ ਆ ਗਏ ਸਨ ਤੇ ਉਸ ਤੋਂ ਬਾਅਦ ਵੱਡੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇੱਥੇ ਜਿਹੜੀ ਫਲੋਰ ਹਲਕੇ ਵਿੱਚ ਆਈ ਹੈ ਨੈਸ਼ਨਲ ਚੈਨਲਸ ਦੇ ਵਿੱਚ ਇੱਕ ਬਹੁਤ ਵੱਡਾ ਵਸੂਲੀ ਸਕੈਮ ਦੇ ਨਾਮ ਤੇ ਚਰਚਿਤ ਹੋਇਆ ਉਹਦੇ ਵਿੱਚ ਟਾਈਲਾਂ ਚੋਂ ਵਸੂਲੀ ਕੀਤੀ ਗਈ आरओ सिस्टमਾ ਚੋਂ ਵਸੂਲੀ ਕੀਤੀ ਗਈ ਆਪਣੀ ਹੀ ਪਾਰਟੀ ਦੇ ਸਰਪੰਚਾਂ ਦੇ ਗਲਚ ਗੁੱਠਾ ਦੇ ਕੇ ਉਹਨਾਂ ਤੋਂ ਕਮਿਸ਼ਨਾਂ ਖਾਧੀਆਂ ਗਈਆਂ ਗਲਤ ਬਿੱਲਾਂ ਤੇ ਸਾਈਨ ਕਰਾਏ ਕਰਾਏ ਗਏ ਤੋਂ ਇਸ ਤਰ੍ਹਾਂ ਦੇ ਕਾਰਨਾਮੇ ਦੇਖ ਕੇ ਜੇ ਇਹ ਕ੍ਰਾਈਟੇਰੀਆ ਸੀਗਾ ਫਿਰ ਅਸੀਂ ਤਾਂ ਭੁੱਲੇ ਹੋਏ ਸੀਗੇ ਤੇ ਇਸ ਕ੍ਰਾਈਟੇਰੀਆ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਇਸ ਠੱਗਾਂ ਚੋਰਾਂ ਤੋਂ ਡਕੈਤਾਂ ਤੋਂ ਲੋਕਾਂ ਨੂੰ ਆਪਣੇ ਫਲੋਰ ਦੇ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਬੰਦਾ ਲੁੱਟ ਰਿਆ ਸੀ ਤੇ ਇੱਕ ਚੁੱਪ ਬੈਠ ਕੇ ਜਿਹਨੂੰ ਫਲੋਰ ਨੇ ਪਿਛਲੀ ਵਾਰੀ ਜਿਹਦੇ ਤੇ ਵਿਸ਼ਵਾਸ ਦਿਖਾਇਆ ਸੀ ਉਹ ਆਪੋਜੀਸ਼ਨ ਦਾ ਰੋਲ ਨਹੀਂ ਸੀ ਅਪਣਾ ਰਿਆ ਉਹਨੂੰ ਦੇਖਦੇ ਹੋਏ ਫਿਰ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਇਹ ਫੈਸਲਾ ਲਿਆ ਕਿਉਂਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ अच्छा ਤੁਹਾਨੂੰ ਲੱਗਦਾ ਹੈ ਕਿ ਜਦੋਂ ਅਕਸ ਦੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਟਿਕਟਾਂ ਦੀ ਵੰਡ ਵੇਲੇ ਉਹ ਜਿਹੜਾ ਅਕਾਲੀ ਸਰਕਾਰ ਵੇਲੇ ਤੁਹਾਡੇ ਉੱਤੇ ਇਲਜ਼ਾਮ ਲੱਗੇ ਸੀ ਉਹ ਨਸ਼ੇ ਦਾ ਮੁੱਦਾ ਸੀ ਉਹ ਕਿਤੇ ਬੋਲਿਆ ਹੋਵੇਗਾ ਕਿ ਸੁਨੇਹਾ ਕਾਂਗਰਸ ਦੇ ਵੱਲੋਂ ਗਲਤ ਨਾ ਚੱਲ ਜAVE ਹੁਣੇ-ਹੁਣੇ ਵਿਕਰਮਜੀਤ ਸਿੰਘ ਤੇ ਐਫ ਆਈ ਆਰ ਦਰਜ ਕੀਤੀ ਮਸਾ-ਮਸਾ ਜ਼ਮਾਨਤ ਉਹਨਾਂ ਲਈ ਹੈ ਤੇ ਜੇ ਤੁਹਾਨੂੰ ਟਿਕਟ ਦੇ ਦਿੱਤੀ ਜਾਂਦੀ ਤੁਹਾਡੇ ਪਰਿਵਾਰ ਦੇ ਵਿੱਚ ਤਾਂ ਉਹੀ ਮੁੱਦਾ ਦੁਬਾਰਾ ਫਿਰ ਉੱਭਰ ਕੇ ਸਾਹਮਣੇ ਆਉਣਾ ਸੀਗਾ ਜਸਵੀਰ ਜੀ ਸਾਡੇ ਤੇ ਕੋਈ ਸਿੱਖੇ ਮੇਅ ਰੈਲੀਗੇਸ਼ਨ ਸੀਗੇ ਹੁਣ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆ ਚੁੱਕੀਆਂ ਸੀ ਕਿਉਂਕਿ 2014 ਦੇ ਵਿੱਚ ਬੜਾ ਹੀ ਇਹ ਇਹ ਬਹੁਤ ਚਰਚਿਤ ਮਾਮਲਾ ਹੋਇਆ ਭੋਲਾ ਡਰੱਗ ਰੈਕੈਟ ਨੂੰ ਲੈ ਕੇ ਉਸ ਤੋਂ ਬਾਅਦ ਸਾਡੇ ਹੀ ਜਿਹੜੇ ਪਾਰਟੀ ਦੇ ਜਿਹੜੇ ਅੱਜਕੱਲ੍ਹ ਕਾਰਪੋਰੇਟ ਏਜੰਸੀ ਚਲਾ ਰਹੇ ਆ ਕਾਲੀ ਦਲ ਤਾਂ ਹੈ ਨਹੀਂ ਹੁਣ ਬਾਦਲ ਪਰਿਵਾਰ ਉਹਦੇ ਸੀਈਓ ਸੁਖਬੀਰ ਸਿੰਘ ਬਾਦਲ ਨੇ ਉਸ ਤੋਂ ਉਸ ਵੇਲੇ ਸਤਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਜਿਹੜੀ ਅੱਜ ਕਾਰਵਾਈ ਹੋਈ ਆ ਥੋੜੇ ਦਿਨ ਪਹਿਲਾਂ ਇਸੇ ਕਾਰਵਾਈ ਤੋਂ ਬਚਾਉਣ ਲਈ ਤੋਪ ਦਾ ਮੂੰਹ ਜੜਾਇਆ ਸਾਡੇ ਹੱਲ ਕਰ ਦਿੱਤਾ ਗਿਆ ਵੀ মিডিਆ ਸਾਰਾ ਇੱਧਰ ਕਰ ਦਿਓ ਅੱਜ ਕੱਲ ਤੁਹਾਨੂੰ ਪਤਾ ਹੁਣ ਉਹ ਇਹ ਕਾਰਪੋਰੇਟ ਅੰਗ ਚਲਾਉਂਦੇ ਆ ਕੰਮ ਸਾਰਾ ਉਹ মিডিਆ ਮੈਨੇਜਮੈਂਟ ਕਰਕੇ ਵੀ ਇੱਧਰ ਨੂੰ ਚਲਾ ਦਿਓ ਸਾਰਾ ਕੁਝ ਪਰ ਦੇਖਣ ਵਾਲੀਆਂ ਗੱਲਾਂ ਕੀ ਆਈਆਂ ਕਿ ਸਾਰਾ ਕੁਝ ਜਦੋਂ ਚਾਰਟ ਸ਼ੀਟ ਫਾਈਲ ਹੋ ਜਾਂਦੀ ਹੈ ਕੋਰਟ ਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਉਹ ਪਬਲਿਕ ਡਾਕੂਮੈਂਟ ਬਣ ਜਾਂਦੀਆਂ ਤੇ ਉਹ ਸਾਰਾ ਕੁਝ ਹੀ ਸਾਹਮਣੇ ਆ ਗਿਆ ਲੋਕਾਂ ਦੇ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਉਹ ਕਿਸੇ ਵੀ 1% ਵੀ ਇੱਕ ਕ੍ਰਾਈਟੇਰੀਆ ਵੀ ਨਹੀਂ ਆਇਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਵਾਲੀ ਆਈ ਹੈ ਕਿ ਸਾਡੇ ਉੱਤੇ ਕੋਈ ਵੀ ਕਿਸੇ ਇੰਡੀਆ ਦੇ ਕਿਸੇ ਵੀ ਥਾਣੇ ਦੇ ਵਿੱਚ ਕੋਈ ਐਫਆਈਆਰ ਨਹੀਂ ਸੀ ਨਾ ਕੋਈ ਐਨਡੀਪੀਐਸ ਦੀ ਐਫਆਈਆਰ ਅੱਜ ਸੀ ਨਾ ਹੈਗੀ ਹੈ ਤੇ ਨਾ ਹੀ ਪ੍ਰਮਾਤਮਾ ਕਰੇ ਹੋਵੇ ਉਸ ਕ੍ਰਾਈਟੇਰੀਆ ਦੇ ਵਿੱਚ ਅਸੀਂ ਫਾਲ ਇਨ ਨਹੀਂ ਸੀ ਕਰਦੇ ਦੂਜੀ ਗੱਲ ਇਹ ਇੱਕ ਡਰੱਗ ਦਾ ਸਕੈਮ ਬਣਾ ਦਿੱਤਾ ਗਿਆ ਜਿੱਦਾਂ ਕਿ ਸਾਡੇ ਤੇ ਕੋਈ ਐਫਆਈਆਰ ਨਹੀਂ ਸੀ ਐਨਡੀਪੀਐਸ ਦੀ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਜਸਵੀਰ ਜੀ ਜਿਹੜੀ ਕਿ ਹੁਣ ਦੇਖਣ ਨੂੰ ਆਈ ਹੈ ਜਦੋਂ ਅਸੀਂ ਕਹਿੰਦੇ ਸੀ ਵੀ ਸਾਡੇ ਨਾਲ ਗਲਤ ਹੋ ਰਿਹਾ ਪਰ ਜਦੋਂ ਮੇਰੇ ਆਈਓ ਸੀਗੇ ਸਦਾ ਨਰਿੰਜਨ ਸਿੰਘ ਜਿਹੜੇ ਈਡੀ ਦੇ ਉਸ ਵੇਲੇ ਬਹੁਤ ਵੱਡੇ ਆਫੀਸਰ ਮੰਨੇ ਜਾਂਦੇ ਸੀ ਤੇ ਆਪਣੇ ਆਪ ਨੂੰ ਉਹਨਾਂ ਨੇ ਪ੍ਰੋਮੋਟ ਵੀ ਬੜਾ ਕੀਤਾ ਤੇ ਜਿਸ ਦਿਨ ਉਹਨਾਂ ਦੀ ਰਿਟਾਇਰਮੈਂਟ ਸੀ ਉਹਨਾਂ ਉਹਨਾਂ ਦੇ ਡਿਪਾਰਟਮੈਂਟ ਨੇ ਚਾਰ ਸ਼ੀਟ ਕਰ ਦਿੱਤਾ ਤੇ ਚਾਰ ਸ਼ੀਟ ਕੀ ਕੀਤਾ ਵੀ ਤੁਸੀਂ ਐਸੇ ਸਾਡੇ ਕੋਲੇ ਡਿਪਟੀ ਡਾਇਰੈਕਟਰ ਜਾਂ ਡਾਇਰੈਕਟਰ ਜਾਂ ਹੋਰ ਅਫਸਰ ਸਹਿਬਾਨ ਕੋਈ 5 700000 ਜਾਂ 5000 ਅਫਸਰ ਨੇ ਇੰਡੀਆ ਦੇ ਵਿੱਚ ਪਰ ਕੋਈ ਅਫਸਰ ਐਸਾ ਨਹੀਂ ਜਿਹਨੇ 5 ਤੋਂ 7 ਕਰੋੜ ਰੁਪਏ ਆਪਣੀ ਬੇਟੀ ਦੇ ਵਿਆਹ ਤੇ ਲਾਤਾ ਹੋਵੇ ਜਿਹਦੇ ਚ ਦਲਜੀਤ ਦਸਾਂਜ ਵਰਗੇ ਕਲਾਕਾਰ ਪਰਫਾਰਮ ਕਰਨ ਆਏ ਹੋਣ ਜਿਹਦੀ ਸਾਊਂਡ ਜਿਹੜੀ ਹੈ ਉਹ ਬਹੁਤ ਮਹਿੰਗੀ ਸਾਊਂਡ ਦਿੱਲੀ ਤੋਂ ਆਈ ਹੋਵੇ ਜਿਹਦੇ ਚ ਫੁੱਲ ਵਿਦੇਸ਼ਾਂ ਤੋਂ ਆਏ ਹੋਣ ਖਾਣਾ ਪਤਾ ਨਹੀਂ ਕਿੰਨੇ ਕੁਜ਼ੀਨ ਲੱਗੇ ਹੋਣ ਵੀ ਐਸਾ ਤਾਂ ਸਾਡੇ ਕੋਲੇ ਕੋਈ ਅਫਸਰ ਨਹੀਂ ਹੈਗਾ ਜਦੋਂ ਉਹਦੀ ਸ਼ਾਨਬੀਨ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਆਪਣੇ ਬਚਾ ਕਰਦੇ ਸੀ ਦੂਜਿਆਂ ਉਤੇ ਉਤੇ ਜਿਹੜਾ ਚਿੱਕੜ ਛਿੱਟਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਨਾਲ ਉਹ ਰਲੇ ਹੋਏ ਸੀ ਇਸੇ ਕਰਕੇ ਉਹਨਾਂ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਖੁਦ ਨੂੰ ਹੀ ਚਾਰਸ਼ੀਟ ਕਰ ਦਿੱਤਾ ਫਿਰ ਜਦੋਂ ਮੇਰਾ ਆਈਓਈ ਚਾਰਸ਼ੀਟ ਹੋ ਗਿਆ ਮੇਰੇ ਵਾਲੇ ਕੇਸ ਠੀ ਹੋ ਗਿਆ ਉਹਦੇ ਕੰਡਕਟ ਤੇ ਹੀ ਕੁਐਸਚਨ ਲੱਗ ਗਿਆ ਤੇ ਫਿਰ ਕੇਸ ਦੀ ਵੈਲਿਊ ਕੀ ਰਹਿ ਜਾਂਦੀ ਹੈ ਜੀ ਇਸ ਦੌਰ ਦੇ ਵਿੱਚ ਜਦੋਂ ਕਾਂਗਰਸ ਨੂੰ ਕੋਈ ਛੱਡਦਾ ਆ ਤੇ ਉਹ ਸਿੱਧਾ ਪਾਵਰ ਹਾਊਸ ਨੂੰ ਹੱਥ ਪਾਉਂਦਾ ਮਤਲਬ ਭਾਰਤੀ ਜਨਤਾ ਪਾਰਟੀ ਦੇ ਨਾਲ ਸਿੱਧਾ ਹੱਥ ਮਿਲਾਉਂਦਾ ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਖਾਸਮ ਖਾਸ ਰਾਣਾ ਗੁਰਮੀਤ ਸੋਢੀ ਵੀ ਕੈਪਟਨ ਦੀ ਬਜਾਏ ਬਾਈਪਾਸ ਹੋ ਕੇ ਨਾ ਸਿੱਧਾ ਬੀਜੇਪੀ ਦੇ ਪਾਲੇ ਤੇ ਚਲ ਜਾਂਦੇ ਆ। ਇਦਾਂ ਦੇ ਬਹੁਤ ਸਾਰੇ ਨੇ ਜਿਹੜੇ ਸਿੱਧੇ ਬੀਜੇਪੀ ਚ ਗਏ। ਤੁਹਾਨੂੰ ਅਕਾਲੀ ਦਲ ਸੰਯੁਕਤ ਕਿਉਂ ਚੰਗਾ ਲੱਗਾ ਪਾਵਰ ਹਾਊਸ ਨੂੰ ਹੱਥ ਕਿਉਂ ਨਹੀਂ ਪਾਇਆ ਗਿਆ? ਜਦਕਿ ਅਸਿੱਧੇ ਰੂਪ ਦੇ ਵਿੱਚ ਤਾਰਾਂ ਫਿਰ ਬੀਜੇਪੀ ਨਾਲ ਜਾ ਕੇ ਜੁੜ ਜਾਂਦੀਆਂ ਨੇ। ਦੇਖੋ ਗੱਲ ਇਹ ਹੈ ਕਿ ਸਾਡਾ ਜਿਹੜਾ ਪ੍ਰਾਣਾ ਪਿਸ਼ੋਕੜਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਚਿਰ ਕੰਮ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਹੈ ਬਹੁਤ ਪੁਰਾਣੀ ਤੇ ਪੰਥ ਦੇ ਹਿੱਤਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਤੇ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਹਿੱਤਾਂ ਤੇ ਉੱਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਬਹੁਤ ਸਾਰੀਆਂ ਸ਼ਹਾਦਤਾਂ ਕੁਰਬਾਨੀਆਂ ਦੇ ਕੇਸ ਦੀ ਨਹੀਂ ਰੱਖੀ ਗਈ ਸੀ ਤੇ ਹਮੇਸ਼ਾ ਇਸ ਪਾਰਟੀ ਨੇ ਕੋਈ ਮੋਰਚਾ ਹੋਵੇ ਲੋਕਾਂ ਆਸਤੇ ਵੱਧ ਚੜ ਕੇ ਹਿੱਸਾ ਲਿਆ ਚਾਹੇ ਉਹ ਪੰਜਾਬ ਪਾਣੀ ਪਾਣੀਆਂ ਦੀ ਗੱਲ ਹੋਵੇ ਚਾਹ ਕੋਈ ਵੀ ਲੋਕਾਂ ਨਾਲ ਜੁੜੇ ਮੁੱਦੇ ਹੋਣ ਉਹ ਸਾਡੇ ਮਨ ਦੇ ਵਿੱਚ ਜਿਹੜੇ ਸਾਡੀ ਜਦੋਂ ਸਾਡੀ ਗਰੋਥ ਹੋਈ ਹੈ ਮੇਰਾ ਜਨਮ ਹੀ ਅਕਾਲੀ ਦਲ ਦੇ ਵਿੱਚ ਹੋਇਆ ਸੀ ਪਰ ਜਿਸ ਸਮੇਂ ਅਸੀਂ ਅਕਾਲੀ ਦਲ ਛੱਡਿਆ ਸੀ ਉਦੋਂ ਇਹ ਪਲੇਟਫਾਰਮ ਨਹੀਂ ਸੀ ਸਾਡੇ ਕੋਲੇ ਕੋਈ ਬਚਨ ਦਾ ਰਾਹ ਨਹੀਂ ਸੀ ਸਾਡੇ ਆਪਣੇ ਹੀ ਲੋਕ ਜਿਹੜਾ ਉਹ ਅਕਾਲੀ ਦਲ ਨੂੰ ਹਾਈਜੈਕ ਕਰਕੇ ਆਪਣੀ ਕਾਰਪੋਰੇਟ ਏਜੰਸੀ ਚਲਾ ਰਹੇ ਆ ਸੁਖਬੀਰ ਜੀ ਹੋਰੀ ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਸਾਨੂੰ ਫਿਰ ਕੀ ਕਹਿੰਦੇ ਜਦੋਂ ਕੱਢ ਹੀ ਦਿੱਤਾ ਉਹਨਾਂ ਨੇ ਸਾਨੂੰ ਉਹ ਸਟੈਪ ਚੱਕਣਾ ਪਿਆ ਹੁਣ ਇਹ ਪਲੇਟਫਾਰਮ ਬਣ ਗਿਆ ਸੀ ਅਸੀਂ ਵੀ ਇਹ ਸੋਚਦੇ ਆਂ ਵੀ ਜਿਹੜੀ ਰੀਜਨਲ ਪਾਰਟੀ ਹੈ ਅਕਾਲੀ ਦਲ ਐ ਉਹ ਪੰਜਾਬ ਦੀ ਮਾਂ ਪਾਰਟੀ ਹੈ। ਸੋ ਘਾਟੇ ਵਾਦੇ ਨਹੀਂ ਦੇਖੇ ਜਾਂਦੇ ਜਦੋਂ ਜਿਹੜੀ ਪਾਰਟੀਆਂ ਲੋਕਾਂ ਦੇ ਹਿੱਤਾਂ ਵਾਸਤੇ ਲੜਨ ਵਾਲੀਆਂ ਹਨ ਉਹਨਾਂ ਨਾਲ ਸਾਡਾ ਮਨ ਸੀ ਅਸੀਂ ਆਪਦੇ ਉਸੇ ਪਾਰਟੀ ਨਾਲ ਆ ਗਏ ਤੇ ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਰਲੇਮ ਹੈ। ਦੇਖੋ ਜਸਵੀਰ ਜੀ ਗੱਲ ਤੇ ਇਹ ਹੈ ਵੀ ਆਪਾਂ ਅ ਇਸ ਵੇਲੇ ਜੇ ਪੰਜਾਬ ਜਿਹੜੀ ਤਰਸਯੋਗ ਹਾਲਤ ਦੇ ਵਿੱਚ ਹੈ ਆਪਾਂ ਬਹੁਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ। ਕਰੀਬਨ 3.5 ਲੱਖ ਕਰੋੜ ਦਾ ਸਾਡੇ ਤੇ ਕਰਜ਼ਾ ਹੈ। ਜਿਹੜਾ ਕਿ ਪੰਜਾਬ ਦੇ ਸਿਰ ਹੈ ਸਾਡੀ ਰੋਜ਼ਗਾਰ ਸਾਡੇ ਕੋਲੇ ਨਹੀਂ ਸਾਡੀ ਇੰਡਸਟਰੀ ਸਾਡੀ ਖਤਮ ਹੋ ਚੁੱਕੀ ਹੈ ਸਾਡੇ ਬੱਚੇ ਬਾਹਰ ਜਾ ਰਹੇ ਆ ਤੇ ਅਸੀਂ ਲੈਣਾ ਕਿ ਦੇ ਕੋਣ ਸਾਨੂੰ ਕੁਝ ਦੇ ਸਕਦਾ ਸੈਂਟਰ ਗਵਰਨਮੈਂਟ ਦੇ ਸਕਦੀ ਹੈ ਤੇ ਸੈਂਟਰ ਗਵਰਨਮੈਂਟ ਜੇ ਸਾਨੂੰ ਕੁਝ ਪੈਕੇਜ ਦੇਵੇ ਕੁਝ ਪੈਸਾ ਦੇਵੇ ਸਾਡੇ ਸਿੱਖ ਇਸ਼ੂਸ ਤੇ ਜੇ ਸਾਨੂੰ ਗੱਲਾਂ ਕਰੇ ਤਾਂ ਫਿਰ ਸਾਨੂੰ ਘਾਟਾ ਕੀ ਹੈ ਜੀ ਇਸ ਕਰਕੇ ਜਿਹੜਾ ਉਹ ਅਲਾਈਅੰਸ ਹੈ ਉਹਨਾਂ ਨਾਲ ਹੋਇਆ ਤਾਂ ਕਿ ਪੰਜਾਬ ਤਕੜਾ ਹੋ ਸਕੇ ਪੰਜਾਬ ਗੋਲਡਨ ਸਟੇਟ ਦੁਬਾਰਾ ਬਣ ਸਕੇ ਤੁਸੀਂ ਪੈਕੇਜ ਦੀ ਗੱਲ ਕੀਤੀ ਆ ਪੈਕੇਜ ਤਾਂ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ ਸਰਕਾਰ ਬਣੀ ਸੀ ਉਦੋਂ ਵੀ ਬੜੇ ਚਰਚੇ ਚੱਲੇ ਸੀ ਕਿ ਸੁਖਬੀਰ ਹੋਰਾਂ ਨੇ ਕਹਿਆ ਸੀ ਟਰੱਕ ਭਰ ਕੇ ਆਉਣਗੇ ਕੇਂਦਰ ਦੇ ਵੱਲੋਂ ਪੈਕੇਜ ਦੇ ਤਾਂ ਟਰੱਕ ਉਦੋਂ ਵੀ ਨਹੀਂ ਆਏ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਨੂੰ ਲੈ ਕੇ ਰਵਈਆ ਪੈਕੇਜ ਦੇ ਮਾਮਲੇ ਦੇ ਵਿੱਚ ਜਾਂ ਫਿਰ ਇਸ ਅੰਦੋਲਨ ਦੇ ਮਾਮਲੇ ਦੇ ਵਿੱਚ ਜਦੋਂ ਦੇਖਦੇ ਹਾਂ ਤੇ ਉਹ ਬਿਲਕੁਲ ਆਪੋਜ਼ਿਟ ਖੜਾ ਨਜ਼ਰ ਆਉਂਦਾ ਪੰਜਾਬ ਦੇ ਪੱਖ ਦੇ ਵਿੱਚ ਕਿਤੇ ਖੜੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ باوجود ਜੇ ਆਪਾਂ ਪੈਕੇਜ ਦੀ ਵੀ ਗੱਲ ਕਰ ਲਈਏ ਪ੍ਰਧਾਨ ਮੰਤਰੀ ਸਿਰਫ ਰਾਹ ਰੋਕ ਕੇ ਜਾਣ ਦਾ ਕਰਕੇ ਆਪਣਾ ਪੂਰੇ ਦਾ ਪੂਰਾ 42000 ਕਰੋੜ ਦਾ ਪੈਕੇਜ ਲੈ ਕੇ ਵਾਪਸ ਚਲੇ ਜਾਂਦੇ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਨਾਲ ਕੇਂਦਰ ਇੱਕ ਪਾਸੇ ਜਿਹੜਾ ਪੈਕੇਜ ਦੇ ਨਾਂ ਤੇ ਮਜ਼ਾਕ ਕਰਦੀ ਹੈ ਦੂਜੇ ਪਾਸੇ ਅਸੀਂ ਇਹ ਵੀ ਉਮੀਦ ਰੱਖਦੇ ਕਿ ਨਹੀਂ ਜੇ ਉਧਰਲੇ ਪਾਸੇ ਗੰਡ ਤੋਂ ਪਹੁੰਚ ਜਾਂਦੀ ਹੈ ਉਹਦੇ ਨਾਲ ਸਿੱਧਾ ਰابطਾ ਹੋ ਜਾਂਦਾ ਤੇ ਬੜਾ ਕੁਝ ਮਿਲ ਜਾਣਾ ਪੰਜਾਬ ਨੂੰ ਦੇਖੋ ਗੱਲ ਇਹ ਹੈ ਕਿ ਜਿਹੜੀ ਤੁਸੀਂ ਪੈਕੇਜ ਦੀ ਕੀਤੀ ਹੈ ਜਿਹੜੇ ਇਸ ਵੇਲੇ ਬਾਦਲ ਕੰਪਨੀ ਦੇ ਸੀਈਓ ਨੇ ਸੁਖਬੀਰ ਜੀ ਉਹ ਗੱਲਾਂ ਕਰਦੇ ਸੀ ਵੀ ਟਰੱਕ ਆਇਆ ਕਰਨਗੇ ਜੀ ਬੱਸਾਂ ਐਸੀਆਂ ਬਣ ਜਾਣਗੀਆਂ ਜੀ ਜਾਂ ਐਸੀਆਂ ਸੜਕਾਂ ਬਣਾ ਦੇਾਂਗੇ ਵੀ ਬੰਬ ਵੀ ਭੇਜੂਗਾ ਟੁੱਟਣਗੀਆਂ ਨਹੀਂ ਜੀ ਪਰ ਜਦੋਂ ਉੱਥੇ ਦਰਬਾਰ ਦੇ ਵਿੱਚ ਜਾਂਦੇ ਸੀ ਤਾਂ ਇੱਕੋ ਹੀ ਗੱਲ ਕਹਿੰਦੇ ਸੀ ਸਾਡੀ ਵਜੀਰੀ ਸਾਨੂੰ ਦੇ ਦਿਓ ਜੀ ਨਤੀਸ਼ ਕੁਮਾਰ ਹੁਨਾ ਨੇ ਪੈਕੇਜ ਲਿਆ ਸੀ ਬਿਹਾਰ ਆਸਤੇ ਵਜੀਰੀ ਨਹੀਂ ਸੀ ਲਈ ਤੇ ਜਿਹੜੀ ਪੰਜਾਬ ਦੀ ਪਾਰਟੀ ਜੀ ਦਾ ਨਾਮ ਲੈ ਕੇ ਉਹ ਹਾਈਜੈਕ ਕਰਕੇ ਉਹਨੂੰ ਯੂਜ਼ ਕਰ ਰਹੀ ਸੀ ਤੇ ਉਹਦੇ ਜਿਹੜੇ ਮੋਰੀ ਸੀ ਜਿਨ੍ਹਾਂ ਤੇ ਪੰਜਾਬੀ ਪੰਜਾਬੀਆਂ ਨੇ ਵਿਸ਼ਵਾਸ ਕੀਤਾ ਸੀ ਉਹ ਜਾ ਕੇ ਦਰਬਾਰ ਦੇ ਵਿੱਚੋਂ ਆਪਣੀ ਵਜੀਰੀ ਲਈ ਰੋਂਦੇ ਰਹੇ ਨਹੀਂ ਤਾਂ ਇਹ ਸਾਰੀਆਂ ਗੱਲਾਂ ਪਹਿਲਾਂ ਨਹੀਂ ਸੀ ਹੋ ਸਕਦੀਆਂ ਅੱਜ ਵੀਰਬਾਲ ਦਿਵਸ ਜਿਹੜਾ ਆ ਪ੍ਰਧਾਨ ਮੰਤਰੀ ਸਾਹਮਣੇ ਐਲਾਨ ਕੀਤਾ ਸਾਡੇ ਲਈ ਤਾਂ ਕਿਸੇ ਨੇ ਹਾਂ ਦਾ ਨਾਹਰਾ ਵੀ ਮਾਰਿਆ ਤਾਂ ਮਲੇਰ ਕੋਟਲਾ ਦੇ ਨਵਾਬ ਨੇ ਤਾਂ ਸਿੱਖ ਅੱਜ ਤੱਕ ਉਹਦੇ ਮਰੀਦ ਨੇ ਪਰ ਇਹਦੇ ਉੱਤੇ ਵੀ ਇਤਰਾਜ਼ ਹੈ ਤਿੰਨੋ ਹੀ ਸ਼ਬਦ ਜਿਹੜੇ ਆ ਉਹ ਕਹਿੰਦੇ ਸਾਨੂੰ ਤਿੰਨੇ ਹੀ ਸ਼ਬਦ ਪਰਵਾਹ ਨਹੀਂ ਆ ਵੀਰਬਾਲ ਦੇ ਵਸ ਚਲੋ ਇਤਰਾਜ਼ ਤਾਂ ਹਰ ਗੱਲ ਤੇ ਰਹਿਣਾ ਪਰ ਜਦੋਂ ਇਹ ਪਾਵਰ ਚ ਸਿਗੇ ਤਾਂ ਉਦੋਂ ਕੁਝ ਹੋਰ ਹੀ ਲੈ ਆਉਂਦੇ ਜਿਹੜਾ ਨਵਾਂ ਸ਼ਬਦ ਇਹਨਾਂ ਦੇ ਮਾਈਂਡ 'ਚ ਸੀ ਉਹ ਬਣਾ ਕੇ ਲੈ ਆਉਂਦੇ ਠੀਕ ਹੈ ਨਾ ਜੀ ਉਹ ਲੈ ਆਉਂਦੇ ਪਰ ਗੱਲ ਉੱਥੇ ਵਜੇਰੀ ਮੰਗਣ ਚਲੇ ਜਾਂਦੇ ਆ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਦੇ ਪ੍ਰਧਾਨ ਨੇ ਸਰਦਾਰ ਪਰਮੇਂਦਰ ਸਿੰਘ ਢੀਂਸਾ ਉਹਨਾਂ ਦੇ ਅਮੇਸ਼ਾ ਨੂੰ ਮਿਲਣ ਗਏ ਤੇ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਉਹਨਾਂ ਨੇ ਜਿਹੜੇ ਸਾਡੇ ਬੰਦੀ ਸਿੱਖ ਹੈ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਸਾਨੂੰ 25B ਦੇ ਵਿੱਚ ਸੋਧ ਕਰਕੇ ਸਿੱਖ ਵੱਖਰੀ ਕੌਮ ਦਾ ਐਲਾਨ ਕੀਤਾ ਜਾਵੇ ਤੇ ਜਦੋਂ ਆ ਗੱਲਾਂ ਕੀਤੀਆਂ ਆਪਦੀ ਵਜੀਰੀ ਨਹੀਂ ਮੰਗੀ ਜੇ ਢੀਂਸਾ ਸਾਹਿਬ ਵੀ ਬਣ ਸਕਦੇ ਰਾਜ ਸਭਾ ਦੇ ਮੈਂਬਰ ਉਹ ਵਜੀਰ ਮੰਨ ਜਾਂ ਸ਼ਾਇਦ ਕੋਈ ਕੁਰਸੀ ਖਾਲੀ ਹੁੰਦੀ ਪਰ ਉਹਨਾਂ ਨੇ ਪੰਜਾਬ ਦੀਆਂ ਗੱਲਾਂ ਕੀਤੀਆਂ ਫਿਰ ਅਕਾਲੀ ਦਲ ਉਹ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਾ ਸੋ ਬਾਕੀ ਬਿਲਕੁਲ ਮੈਂ ਉੱਥੇ ਆਉਣਾ ਜਿਹੜਾ ਕੋਈ ਪੈਕੇਜ ਹੈ ਕੋਈ ਇਸ ਤਰ੍ਹਾਂ ਨਹੀਂ ਕੋਈ ਕਿਸੇ ਨੇ ਲੁਕੋ ਲੈਣਾ ਜਾਂ ਪ੍ਰਧਾਨ ਮੰਤਰੀ ਸਾਹਿਬ ਦੇ ਜੋ ਮੰਚ ਹੈ ਉਹ ਨਹੀਂ ਦੇਣਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਮੇਰਾ ਇਹ ਮੰਨਣਾ ਹੈ ਵੀ ਜਿਹੜਾ ਅਲਾਈਅੰਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਬਹੁਤ ਵਧੀਆ ਰਹੇਗਾ ਪੰਜਾਬ ਦੀ ਬੈਟਰਮੈਂਟ ਲਈ ਹੋਏਗਾ ਸਾਡੇ ਨੌਜਵਾਨਾਂ ਦੇ ਲਈ ਬਹੁਤ ਵਧੀਆ ਹੋਏਗਾ ਤੇ ਪੰਜਾਬ ਨੂੰ ਜਿਹੜਾ ਹਰ ਪੰਜਾਬੀ ਚਾਹੁੰਦਾ ਚਾਹੇ ਉਹ ਕਿਸੇ ਪਾਰਟੀ ਦਾ ਹੈ ਉਹ ਹਰ ਪੰਜਾਬੀ ਇਹ ਚਾਹੁੰਦਾ ਵੀ ਸਾਡਾ ਪੰਜਾਬ ਜਿਹੜਾ ਦੁਬਾਰਾ ਗੋਲਡਨ ਸਟੇਟ ਬਣ ਜੇ ਪੰਜਾਬ ਜਿਹੜਾ ਪੰਗੜੇ ਪਾਉਂਦਾ ਗਿੱਧੇ ਪਾਉਂਦਾ ਜਿਹੜਾ ਮੂੰਹ ਤੇ ਰੌਣਕਾਂ ਹੁੰਦੀਆਂ ਸੀ ਪੰਜਾਬੀਆਂ ਦੇ ਉਹ ਆ ਜਾਣ ਦੁਬਾਰਾ ਕਿਤੇ ਸਾਨੂੰ ਬਾਹਰ ਜਾ ਕੇ ਦੁਬਈ ਦੇ ਵਿੱਚ ਕਤਰ ਦੇ ਵਿੱਚ ਸਾਡੇ ਜਿਹੜੇ ਲੋਕ ਆ ਸਾਡੇ ਭਰਾ ਆ ਉਹਨਾਂ ਨੂੰ ਕਿਤੇ ਜਾ ਕੇ ਦਿਹਾੜੀਆਂ ਉੱਥੇ ਨਾ ਕਰਨੀਆਂ ਪੈਣ ਤੇ ਕਿਸੇ ਵੇਲੇ ਐਸੇ ਹਾਲਾਤ ਹੋ ਜਾਂਦੇ ਆ ਵੀ ਉੱਥੋਂ ਫਿਰ ਮਾਵਾ ਦੇ ਪੁੱਤ ਜਿਹੜੇ ਆ ਉਹ ਕਫਨਾ ਦੇ ਵਿੱਚ ਬੰਦ ਹੋ ਕੇ ਆਉਂਦੇ ਆ ਸੋ ਐਸੀਆਂ ਹਾਲਾਤਾਂ ਨੂੰ ਰੋਕਣ ਲਈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤੇ ਇਹੀ ਇੱਕ ਅਲਾਈਅੰਸ ਹੈ ਜਿਹੜਾ ਸਹੀ ਦਿਸ਼ਾ ਦੇ ਸਕਦਾ ਤੇ ਸੈਂਟਰ ਗਵਰਨਮੈਂਟ ਵੀ ਨਾਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇੱਕ 골ਡਨ ਜਿਹੜਾ ਪੰਜਾਬ ਦੁਆਰਾ ਬਣ ਸਕਦਾ ਦਿੱਕਤਾਂ ਦਮਨ ਜੀ ਇਹ ਨੇ ਕਿ ਕੇਂਦਰ ਦੇ ਕੋਲੋਂ ਉਮੀਦਾਂ ਬਹੁਤ ਰੱਖੀਆਂ ਜਾਂਦੀਆਂ ਪਰ ਪਿਛਲੇ ਕੁਝ ਦੌਰ ਦੇ ਦਰਮਿਆਨ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਰੋਕ ਦਿੱਤਾ ਜਾਂਦਾ ਜਿਸ ਤਰੀਕੇ ਨਾਲ GST ਦਾ ਬਕਾਇਆ ਲੰਬੇ ਸਮੇਂ ਤੱਕ ਖੜਾ ਰਹਿੰਦਾ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਜਿਹੜਾ ਉਹ ਘੇਰਾਬੰਦੀ ਕਰਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਈਆਂ ਪਰ ਮੈਂ ਉਹਨਾਂ ਚੀਜ਼ਾਂ ਤੇ ਨਹੀਂ ਜਾਵਾਂਗਾ ਕਿਉਂਕਿ ਆਪਾਂ ਚੋਣ ਦੀ ਪੰਜਾਬ ਦੀ ਦੀ ਗੱਲ ਕਰਨੀਆਂ ਤੁਹਾਡੀ ਦਾਵੇਦਾਰੀ ਉਮੀਦਵਾਰੀ ਉਹਦੀ ਗੱਲ ਕਰਨੀ ਹੈ ਕਿਉਂਕਿ ਸਰਵਨ ਸਿੰਘ ਫਲੋਰ ਹੋਰੀ ਹੁਣ ਫਲੋਰ ਤੋਂ ਦਾਵੇਦਾਰੀ ਜਿਤਾ ਰਹੇ ਨੇ ਅਕਾਲੀ ਦਲ ਸੰਯੁਕਤ ਦੇ ਵੱਲੋਂ ਉਮੀਦਵਾਰੀ ਤੈਅ ਕਰਨੀ ਅਜੇ ਬਾਕੀ ਹੈ ਪਰ ਇਹਨਾਂ ਜ਼ਰੂਰ ਮੈਂ ਜਾਣਨਾ ਚਾਹੁੰਦਾ ਆ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਪਾਰਟੀ ਦੇ ਵਿੱਚ ਹੁੰਦਾ ਤੇ ਪਾਰਟੀ ਉਹਨੂੰ ਦੁੱਧ ਧੋਤੀ ਲੱਗਦੀ ਹੈ ਜਦੋਂ ਪਾਰਟੀ ਛੱਡ ਕੇ ਦੂਜੇ ਪਾਸੇ ਹੁੰਦਾ ਨਾਲ ਹੀ ਪਾਰਟੀ ਦੀਆਂ ਖਾਮੀਆਂ ਜਿਹੜੀਆਂ ਉੱਪਰ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਜਿੰਨੀਆਂ ਪਾਰਟੀਆਂ ਦੀ ਉਹ ਆਲੋਚਨਾ ਜੰਮ ਕੇ ਕਰਦਾ ਹੁੰਦਾ ਫਿਰ ਉਹਨਾਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੰਦਾ ਏਹੀ ਭਾਰਤੀ ਜਨਤਾ ਪਾਰਟੀ ਸੀ ਏਹੀ ਕੈਪਟਨ ਅਮਰਿੰਦਰ ਸਿੰਘ ਸੀ ਕਿਸੇ ਸਮੇ ਜਿਹੜਾ ਆ ਉਹ ਫਲੋਰ ਪਰਿਵਾਰ ਦੇ ਨਿਸ਼ਾਨੇ ਤੇ ਵੀ ਰਿਹਾ ਹੁਣ ਉਹਨਾਂ ਦੇ ਵਿੱਚ ਹੀ ਜਾ ਕੇ ਜਿਹੜਾ ਆ ਉਹ ਸੰਧੀ ਹੋਈ ਹੈ ਉਹ ਚਮੂਲੀਅਤ ਹੋਈ ਹੈ ਤੇ ਹੁਣ ਉਹਨਾਂ ਦੀਆਂ ਨੀਤੀਆਂ ਉਹਨਾਂ ਦੀਆਂ ਪਾਲਿਸੀਆਂ ਚੰਗੀਆਂ ਲੱਗਣ ਲੱਗ ਪਈਆਂ ਕੀ ਕੁਰਸੀ ਦੀ ਖੇਡ ਤੱਕ ਹੀ ਪਾਰਟੀ ਦੀ ਪਸੰਦਗੀ ਤੇ ਨਾ ਪਸੰਦਗੀ ਜੁੜੀ ਹੁੰਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਸਿਧਾਂਤ ਵੀ ਕੋਈ ਚੀਜ਼ ਹੁੰਦੀ ਹੈ ਨੀਤੀ ਵੀ ਕੋਈ ਚੀਜ਼ ਹੁੰਦੀ ਹੈ ਦੇਖੋ ਗੱਲ ਹੈ ਜਸਵੀਰ ਜੀ ਗੱਲ ਹੁਣ ਜਿਵੇਂ ਆਪਣੇ ਹਲਕੇ ਦੀ ਤੇ ਹੀ ਹਾਂ ਪਿਛਲੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਆਖਿਆ ਵੀ ਇੱਥੇ ਜੋ ਕੁਝ ਹੁੰਦਾ ਰਿਹਾ ਇੱਕ ਬੰਦਾ ਹਲਕੇ ਨੂੰ ਲੁੱਟਦਾ ਵੀ ਰਿਹਾ ਤੇ ਕੁੱਟਦਾ ਵੀ ਰਿਹਾ ਤੇ ਦੂਜਾ ਬੰਦਾ 75 25 ਵਾਲਾ ਕੰਮ ਕਰਕੇ ਉਹਨੂੰ ਸ਼ੋਪੂ ਬਹਿ ਕੇ ਆਪਣਾ ਸਾਥ ਦਿੰਦਾ ਰਿਹਾ ਹੁਣ ਲੋਕ ਵਿਚਾਰੇ ਕਿੱਧਰ ਜਾਣ ਜੇ ਠਾਣੇ ਕਚਹਿਰੀ ਕੰਮ ਹੈ ਤਾਂ ਉਹਨਾਂ ਨੂੰ ਉੱਥੇ ਪੈਸੇ ਦੇਣੇ ਪੈ ਰਹੇ ਆ ਜਿਹੜੇ ਕਿਸੇ ਵੀ ਪਾਰਟੀ ਦੇ ਵਰਕਰ ਸੀ ਚਾਹੇ ਜਿੱਤਣ ਵਾਲੇ ਦੇ ਵਰਕਰ ਸੀ ਜਾਂ ਹਾਰਨ ਵਾਲੇ ਦੋਨਾਂ ਦੀ ਬੇਕਦਰਹੀ ਹੋਈ ਹੈ ਰੱਜ ਕੇ ਬੇਇਜ਼ਤੀ ਹੋਈ ਹੈ ਹੁਣ ਫਲੋਰ ਨੂੰ ਬਚਾਉਣ ਵਾਸਤੇ ਦੁਬਾਰਾ ਇੱਕ ਇਨਸਾਫ ਦਾ ਰਾਜ ਦੇਣ ਵਾਸਤੇ ਕੀ ਤੁਸੀਂ ਸੋਚਦੇ ਆਂ ਅਸੀਂ ਨਾ ਆਈਏ ਮੈਨਾਂ ਦੇ ਵਿੱਚ ਫਿਰ ਕੌਣ ਬਾਹ ਫੜੇਗਾ ਫਿਰ ਇਦਾਂ ਹੀ ਲੋਕਾਂ ਨੂੰ ਆਪਣੇ ਲੋਕਾਂ ਨੂੰ ਜਲੀਲ ਹੋਣ ਦਈਏ ਸੋ ਇਹ ਗੱਲਾਂ ਨੂੰ ਦੇਖਦੇ ਹੋਏ ਅੰਬੇਡਕਰ ਸਾਹਿਬ ਨੇ ਵੀ ਕਿਹਾ ਵੀ ਜੇ ਤੁਹਾਡੇ ਕੋਲੇ ਪੋਲੀਟੀਕਲ ਤਾਕਤ ਨਹੀਂ ਤੁਸੀਂ ਆਪਣੇ ਲੋਕਾਂ ਦੀ ਜਾਂ ਸਮਾਜ ਦੀ ਕੀ ਰੱਖਿਆ ਕਰ ਸਕਦੇ ਜਾਂ ਉਹਨਾਂ ਨੂੰ ਕੀ ਦੇ ਦੇ ਸਕਦੇ ਹੋ ਤੁਸੀਂ ਨਹੀਂ ਕੁਝ ਦੇ ਸਕਦੇ ਉਹਨਾਂ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਤੁਹਾਡੇ ਕੋਲੇ ਪੋਲੀਟੀਕਲ ਤਾਕਤ ਹੈ ਸੋ ਇਸ ਦੇ ਲਈ ਪੋਲੀਟੀਕਲ ਤਾਕਤ ਲੈਣੀ ਵੀ ਜ਼ਰੂਰੀ ਹੈ ਬਾਕੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਵੀ ਮੈਂ ਕਦੇ ਕਿਸੇ ਨੂੰ ਨਿੰਦਿਆ ਨਹੀਂ ਪਰ ਹੁਣ ਜਿਹੜੀ ਸੋਚੀ ਆਈ ਹੈ ਪਿਛਲੇ ਪਿਛੇ 86 ਕੈਂਡੀਡੇਟਸ ਦੀ ਉਸ ਤੋਂ ਪਹਿਲਾਂ ਸਤਨਵਜੋਤ ਸਿੰਘ ਸਿੱਧੂ ਬੜਾ ਕਹਿੰਦੇ ਸੀ ਅਸੀਂ ਵੀ ਸੋਚਦੇ ਸੀ ਵੀ ਸ਼ਾਇਦ ਕੋਈ ਪੰਜਾਬ ਮਾਡਲ ਜਿਹੜਾ ਨਵਾਂ ਆਵੇ ਉਹਦੇ ਨਾਲ ਪੰਜਾਬ ਦਾ ਬਹੁਤ ਭਲਾ ਹੋ ਜਾਏ ਪਰ ਪੰਜਾਬ ਮਾਡਲ ਜਿਹੜਾ ਹੁਣ ਆ ਫਲੋਰ ਤੋਂ ਸਾਡੇ ਐਮਪੀ ਸਾਹਿਬ ਹੈ ਉਹਨਾਂ ਦਾ ਬੇਟਾ ਹੈ ਇਹਨਾਂ ਦੇ ਸਿਰ ਤੇ ਬੰਨਣਾ ਇਹ ਤਾਂ ਖੁਦ ਚੋਰ ਨੇ ਇਨਾ ਦੇ ਸਰਤੇ ਤਾਂ ਪੰਜਾਬ ਮਾਡਲ ਨੇ ਸਿਰਜਿਆ ਜਾ ਸਕਦਾ। ਸੋ ਪੰਜਾਬ ਮਾਡਲ ਵਾਲਾ ਦੀਵਾ ਜਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਇਹਨਾਂ ਕੈਂਡੀਡੇਟਾਂ ਦੀ ਲਿਸਟ ਆਈ ਉਹ ਜਗਣ ਤੋਂ ਪਹਿਲਾਂ ਹੀ ਸਦਾ ਵਾਸਤੇ ਬੁਝ ਗਿਆ। ਤੇ ਫਿਰ ਰਹਿ ਕੌਣ ਗਿਆ ਜੀ ਪਿੱਛੇ? ਤੋਂ ਐਸੇ ਹਾਲਾਤਾਂ ਦੇ ਵਿੱਚ ਆਪਣੇ ਲੋਕਾਂ ਨੂੰ ਆਪਣੇ ਏਰੀਆ ਦੀ ਗੱਲ ਰੱਖਣ ਨੂੰ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਮੈਦਾਨ ਦੇ ਵਿੱਚ ਆਉਣਾ ਮੇਰੇ ਜੋ ਸਮਝਦਾ ਵੀ ਜ਼ਰੂਰੀ ਸੀ। ਜਿਹੜੀਆਂ ਵੰਡੀਆਂ ਪਈਆਂ ਨੇ ਇਸ ਗੱਠ ਜੋੜ ਦੇ ਦਰਮਿਆਨ ਜੋ ਰਿਪੋਰਟਾਂ ਸਾਡੇ ਤੱਕ ਪਹੁੰਚੀਆਂ ਨੇ ਉਹ ਕਹਿੰਦੀਆਂ ਨੇ ਕਿ 10-12 ਸੀਟਾਂ ਦੇ ਕਰੀਬ ਅਕਾਲੀ ਦਲ ਸੰਯੁਕਤ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤਾ ਜਾ ਸਕਦਾ ਥੋੜਾ ਬਹੁਤਾ ਅੱਗੇ ਪਿੱਛੇ ਜਿਹੜਾ ਉਹਦੇ 'ਚ ਹੋ ਸਕਦਾ ਪਰ ਇਹ ਉਹ ਸੀਟਾਂ ਨੇ ਜਿਹੜੀਆਂ ਖਾਸ ਤੌਰ ਤੇ ਮਾਲਵੇ ਦੀਆਂ ਸੀਟਾਂ ਨੇ ਦੁਆਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲਈ ਕੋਈ ਸੀਟ ਨਹੀਂ ਹੈ ਕੀ ਤੁਹਾਡਾ ਕਰਕੇ ਤੁਹਾਡੀ ਸ਼ਮੂਲੀਅਤ ਦਾ ਕਰਕੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨਾਲ ਉਸ ਗੱਠ ਜੋੜ ਦੇ ਵਿੱਚ ਕੁਝ ਹੇਰ ਫੇਰ ਹੁੰਦੇ ਹੋਣਗੇ ਤੁਹਾਨੂੰ ਇਹ ਸ਼ਿਓਰਟੀ ਦੇ ਕੇ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਕਿ ਚੋਣ ਮੈਦਾਨ 'ਚ ਉਤਾਰਿਆ ਜਾਏਗਾ ਜਾਂ ਜਿੱਦਾਂ ਆਮ ਤੌਰ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਬਿਨਾਂ ਸ਼ਰਤ ਤੋਂ ਆਏ ਆ ਸ਼ਰਤਾਂ ਪਹਿਲਾਂ ਤੈਅ ਕੀਤੀਆਂ ਹੁੰਦੀਆਂ ਸ਼ਰਤ ਤੈਅ ਕਰਕੇ ਗਏ ਸੀਗੇ ਭਰੋਸਾ ਦੇ ਦਿੱਤਾ ਆ ਜਾਂ ਅਜੇ ਉਡੀਕ ਕਰਨੀ ਆ ਕਿ ਹਾਈ ਕਮਾਂਡ ਵੱਲੋਂ ਫੈਸਲਾ ਕੀ ਆਉਂਦਾ ਦੇ ਕੋ ਤਕਰੀਬਨ 90% ਫੈਸਲੇ ਆਲਰੇਡੀ ਹੋ ਚੁੱਕੇ ਐ ਬਈ ਜਿਹੜਾ ਇੱਕ 6 ਮੈਂਬਰੀ ਕਮੇਟੀ ਬਣੀ ਸੀ ਤਿੰਨਾਂ ਪਾਰਟੀਆਂ ਦੀ ਉਹਦੇ ਵਿੱਚ ਦੋ ਦੋ ਮੈਂਬਰ ਹਰ ਇੱਕ ਪਾਰਟੀ ਦੇ ਸੀ ਤੇ ਉਹਨਾਂ ਨੇ ਕਾਫੀ ਡਿਸਕਸ਼ਨਸ ਕਰਕੇ ਜਿੱਥੋਂ ਚਟੀ ਦਾ ਉਮੀਦਵਾਰ ਜਿੱਤਣ ਵਾਲਾ ਜੀ ਉਹਨੂੰ ਉੱਥੋਂ ਟਿਕਟ ਦੇਣੀ ਹੈ ਸੋ 90% ਉਹ ਆ ਗਏ ਐ ਅਬ ਕਿਹਦੇ ਕਿਸ ਕੇ ਸਥਾਂ ਤੋਂ ਕਿਸ ਕਿਸ ਪਾਰਟੀ ਨੇ ਲੜਨਾ ਹੈ ਬਾਕੀ ਜਿਹੜੀ ਫਾਈਨਲ ਲਿਸਟ ਹੈ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਹੈ ਤਿੰਨਾਂ ਪਾਰਟੀਆਂ ਨੇ ਆਪਣੇ ਆਪਣੇ ਨੁਮਾਇੰਦੇ ਬਿਠਾ ਦਿੱਤੇ ਐ ਤੇ ਉਹ ਫੈਸਲਾ ਲੈਣਗੇ ਵੈਨੇਬਿਲਟੀ ਨੂੰ ਦੇਖਦੇ ਹੋਏ ਕੈਂਡੀਡੇਟ ਨੂੰ ਦੇਖਦੇ ਹੋਏ ਤੇ ਉੱਥੋਂ ਦੇ ਜਿਹੜੇ ਹਲਕੇ ਦੇ ਲੋਕ ਆ ਉਹਨਾਂ ਦੀ ਆਵਾਜ਼ ਨੂੰ ਦੇਖਦੇ ਹੋਏ ਤੇ ਮੈਨੂੰ ਜੋ ਲੱਗਦਾ ਕਿ ਬਹੁਤ ਜਲਦ ਜਿਹੜਾ ਆ ਉਹ ਡਿਸੀਜਨ ਆ ਜਾਏਗਾ ਫੈਸਲਾ ਉਹਨਾਂ ਦੇ ਹੱਥ ਦੇ ਵਿੱਚ ਹੈ ਬਹੁਤ-ਬਹੁਤ ਸ਼ੁਕਰੀਆ ਦਮਨ ਜੀ ਗੱਲਬਾਤ ਕਰਨ ਲਈ ਸੋ ਦਮਨ ਫਲੋਰ ਸਰਵਨ ਸਿੰਘ ਫਲੋਰ ਹੋਰਾਂ ਦੇ ਸਹਬਜ਼ਾਦੇ ਨੇ ਔਰ ਕੈਂਪੇਨ ਪੂਰੀ ਦੀ ਪੂਰੀ ਉਹਨਾਂ ਦੇ ਹੱਥ ਆ ਫਲੋਰ ਦੀਆਂ ਸਥਿਤੀਆਂ ਇਸ ਵੇਲੇ ਦਿਲਚਸਪ ਬਣਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਬڑے 90 ਤੁਲੇ ਸ਼ਬਦਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਫਿਰ ਸਮਾਂ ਲੰਘੇਗਾ ਜੇ ਟਿਕਟ ਅਨਾਉਂਸ ਹੋ ਜਾਂਦੀ ਹੈ ਉਮੀਦਵਾਰੀ ਐਲਾਨ ਦਿੱਤੀ ਜਾਂਦੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ 90 ਤੁਲੇ ਸ਼ਬਦ ਖੁੱਲੀਆਂ ਚੁਣੌਤੀਆਂ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਸੁਣਾਈ ਦੇ ਸਕਦੇ ਆ ਫਿਲਹਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਫਲੋਰ ਦੀ ਸੀਟ ਦੇ ਉੱਤੇ ਵੀ ਬੜਾ ਫਸਮਾ ਮੁਕਾਬਲਾ ਹੁੰਦਾ ਨਜ਼ਰ ਆਏਗਾ ਤੇ ਫਲੋਰ ਦੇ ਲੋਕ ਤੈਅ ਕਰਨਗੇ ਕਿ ਕਿਹਨੂੰ ਜਿਤਾਉਣਾ ਆ ਕਿਹਨੂੰ ਹਰਾਉਣਾ ਆ ਤੇ ਫੇਰ ਇਹਨਾਂ ਸੀਟਾਂ ਦੇ ਆਧਾਰ ਤੇ ਤੈਅ ਹੋਏਗਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਏਗਾ ਪੰਜਾਬ ਚ ਸਰਕਾਰ ਕਿਹਦੀ ਬਣੇਗੀ ਇੱਕ ਗੱਠਜੋੜ ਅਕਾਲੀ ਦਲ ਸੰਯੁਕਤ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਉਹ ਵਾਲਾ ਮੋਰੇ ਆਉਂਦਾ ਆ ਕਾਂਗਰਸ ਦੁਬਾਰਾ ਰਿਪੀਟ ਕਰਦੀ ਹੈ ਅਕਾਲੀ ਬਸਪਾ ਦਾ ਨਵੇਂ ਤਰੀਕੇ ਦਾ ਗੱਠਜੋੜ ਸੱਤਾ ਚ ਉਹਨਾਂ ਨੂੰ ਲਿਆਉਂਦਾ ਆ ਜਾਂ ਅੱਜ ਹੀ ਭਗਵੰਤ ਮਾਨ ਹੋਰਾਂ ਨੂੰ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ ਐਲਾਨਿਆ ਆਮ ਆਦਮੀ ਪਾਰਟੀ ਨੇ ਜਾਂ ਇਹ ਐਲਾਨ ਪੱਕੇ ਤੌਰ ਤੇ ਉਹਨਾਂ ਦੇ ਨਾਮ ਦੇ ਨਾਲ ਲੱਗ ਜਾਂਦਾ ਫਿਲਹਾਲ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਨਤੀਜਾ 10 ਮਾਰਚ ਨੂੰ ਆਏਗਾ ਹਰ ਰਿਪੋਰਟ ਹਰ ਹਲਕੇ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਫਿਲਹਾਲ ਇਜਾਜ਼ਤ ਦਿਓ ਮੇਰੇ ਸਹਿਯੋਗੀ ਪ੍ਰਵੀਨ ਬਾਬੀ ਤੇ ਆਪਣੀ ਤਸਵੀਰ ਨੂੰ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਈਵੀ ਪੰਜਾਬ ਆਜੀ ਮੈਂ ਨਿੰਮਲ ਮਾਨ ਪੂਰਾ ਡੈਕਸਲ ਮਿੰਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਫੇਰ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਸਟ੍ਰੀਕਾ